ਨਾਜ਼ਰੀਨ ਸਿਆਣਿਆਂ ਦਾ ਕਹਿਣਾ ਹੈ ਕਿ ਛੱਪੜ ਦੇ ਵਿੱਚ ਡੱਡੂ ਤੇ ਲਾਈਨ ਬਣਾ ਕੇ ਤੁਰ ਸਕਦੇ ਨੇ, ਲੇਕਿਨ ਕਰਾਚੀ ਦੀ ਟ੍ਰੈਫਿਕ ਡਿਸਿਪਲਿਨ 'ਚ ਨਹੀਂ ਆ ਸਕਦੀ। ਔਰ ਇਹਦੇ ਡਿਸਿਪਲਿਨ 'ਚ ਨਾ ਆਉਣ ਦੀ ਵਜੂਹਾਤ ਕੀ ਆ, ਔਰ ਅੱਜ ਦਿਨ ਕੀ ਆ, ਟਾਈਮ ਕੀ ਆ, ਤੈਨੂੰ ਕੀ ਆ, ਮੈਨੂੰ ਕੀ ਆ, ਜਾਣਦੇ ਆ ਇਸ ਰਿਪੋਰਟ ਵਿੱਚ? ਕਰਾਚੀ ਦੀ ਲੱਤ ਫੱਤ 2 ਕਰੋੜ ਆਬਾਦੀ ਦੇ ਵਿੱਚ ਰੋਜ਼ਾਨਾ 23 ਐਕਸੀਡੈਂਟ ਹੁੰਦੇ ਆ, ਜਿਨ੍ਹਾਂ ਵਿੱਚ ਕਈਆਂ ਦਾ ਗੋਦਾ ਨਿਕਲ ਜਾਂਦਾ ਤੇ ਕਈਆਂ ਦਾ ਹਾਸਾ ਨਿਕਲ ਜਾਂਦਾ। ਔਰ ਇਹਦੀ ਵਜ੍ਹਾ ਕਰਾਚੀ ਦੇ ਵਿੱਚ ਚਾਈਨਾ ਦੇ ਚੂਹੇ ਤੋਂ ਵੀ ਛੋਟੇ ਛੋਟੇ ਡਰਾਈਵਰ ਗੱਡੀਆਂ ਲਈ ਫਿਰਦੇ ਆ, ਔਰ ਇਹੀ ਐਕਸੀਡੈਂਟ ਦੀ ਵਜ੍ਹਾ ਬਣਦੇ ਆ, ਔਰ ਪੁਲਿਸ ਵੀ ਇਹਨਾਂ ਨੂੰ ਆਪਣਾ ਪੁੱਤਰ ਸਮਝ ਕੇ ਸੱਦ ਦਿੰਦੀ ਆ। ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਕੋਈ ਟ੍ਰੈਫਿਕ ਦਾ ਨਿਜ਼ਾਮ ਨਹੀਂ ਹੈਗਾ, ਜਿੱਥੇ ਦਿਲ ਕਰਦਾ ਚਿੰਗਚੀਆਂ ਵਾਲੇ ਇੰਜ ਰਕਸ਼ਾ ਵਾੜ ਦਿੰਦੇ ਨੇ ਜਿਵੇਂ ਜਗ੍ਹਾ ਜਗ੍ਹਾ ਇਹਨਾਂ ਦੇ ਪਿਓ ਨੇ ਗਰਾਜ ਬਣਾਏ ਆ। ਔਰ ਮੈਂ ਵੀ ਇਸ ਲਈ ਐਨਕ ਲਾਈ ਆ ਕਿ ਮੈਂ ਇਹ ਬਦਨਜ਼ਮੀ ਨਹੀਂ ਦੇਖ ਸਕਦਾ। ਲੈ ਛੋਟਾ ਵਾ, ਤੇ ਕਿਹੜੀ ਗੱਲ ਆ, ਰਿਕਸ਼ਾ ਚਲਾਉਣਾ ਕਿਹੜਾ ਕੰਮ ਆ, ਮੈਂ ਤੇ ਪੱਖਾ ਚਲਾ ਲੈਂਦਾ। ਹਲੇ ਮੇਰੀ ਲਾਇਸੈਂਸ ਦੀ ਉਮਰ ਨਹੀਂ, ਜਦੋਂ ਹੋਏਗੀ ਬਣਵਾਏਗਾ। ਸੋਚੀ ਵੀ ਨਾ। ਹਾਸਿਆਂ ਦੀ ਮੇਨ ਵਜ੍ਹਾ ਹੀ ਇਹ ਹੈ, ਗੱਡੀ ਦੇ ਗੇਅਰ ਗੇਅਰ ਜਿੱਡੇ ਡਰਾਈਵਰ ਪੂਰੀ ਪੂਰੀ ਵੈਗਨ ਚਲਾਉਂਦਾ ਹੈ। ਮੇਰਾ ਮੁੰਡਾ 12 ਸਾਲ ਦਾ ਤੇ ਉਹ ਸਿਰਫ ਕਾਰ ਚਲਾਉਂਦਾ। ਕੈਮਰਾਮੈਨ ਅਮੀਨ ਨਾਕੇ ਦੇ ਨਾਲ ਨਸੀਮਾ ਸਟਪਨੀ, ਜੀਓ 3।